क्योंकि 6 मीटर पग सी ते वो मैं जिस तरह आम अजकल जथेदार बांधते उदा मेरे को बाझ होगी क्योंकि मेरे को पेचे वाली पग की मैं इजाज नहीं हैगी सर। उन्हां दी नज़र मेरे ते पई तो उन्होंने मैंने झिड़किया नाल एक दो थप्पड़ भी लगाया भी ये तेरी गलती है तू जिहड़ी पग दस्तार है ये दस्तार इदां तू नहीं सजा सकता जिस जदों तक तू साबत सूरत नहीं हुंदा। ਪਰਨ ਵਾਸਤੇ ਪੰਜਾਬੀ ਸਾਰਿਆਂ ਨੂੰ ਹੱਥ ਜੋੜ ਕੇ ਮਤਲਬ ਮਾਫ਼ੀ ਮੰਗਦਾ ਕਿ ਮੈਨੂੰ ਮਾਫ਼ ਕੀਤਾ ਜਾਵੇ। ਮੈਂ ਸਾਰਿਆਂ ਦਾ ਆਪ ਜੀ ਦਾ ਬੱਚਾ ਵਾਂ ਅਤੇ ਅੱਗੇ ਤੋਂ ਮੈਂ ਇਹੀ ਕੋਸ਼ਿਸ਼ ਹੈ ਕਿ ਇਹੋ ਜਿਹੀ ਗਲਤੀ ਨਹੀਂ ਕਰਾਂਗਾ। ਗੱਲ ਸਰ ਇਹ ਹੋਈ ਕਿ ਮੇਰੇ ਕੋਲੋਂ ਥੋੜ੍ਹੀ ਗਲਤੀ ਹੋਈ ਕਿਉਂਕਿ ਮੈਂ ਕੱਲ੍ਹ ਕਟਿੰਗ ਕਰਾਉਣ ਜਾਣਾ ਸੀ ਅਤੇ ਮੇਰੇ ਕੋਲ ਪੱਗ ਥੋੜ੍ਹੀ ਵੱਡੀ ਸੀ 6 ਮੀਟਰ ਅਤੇ ਉਹ ਮੈਂ ਪੱਗ ਮੈਨੂੰ ਸਜਾਉਣੀ ਤਾਂ ਨਹੀਂ ਚਾਹੀਦੀ ਕਿਉਂਕਿ 6 ਮੀਟਰ ਪੱਗ ਸੀ ਅਤੇ ਉਹ ਮੈਂ ਜਿਸ ਤਰ੍ਹਾਂ ਆਮ ਅੱਜ ਕੱਲ੍ਹ ਜਥੇਦਾਰ ਬੰਨਦੇ ਆ ਉੱਦਾਂ ਮੇਰੇ ਕੋਲ ਬਾਝ ਹੋ ਗਈ ਕਿਉਂਕਿ ਮੇਰੇ ਕੋਲ ਪੇਚਾਂ ਵਾਲੀ ਪੱਗ ਦੀ ਮੈਨੂੰ ਇਜਾਜ਼ ਨਹੀਂ ਹੈਗੀ ਸਰ ਅਤੇ ਇਸ ਕਰਕੇ ਮੇਰੇ ਕੋਲ ਗੋਲ ਪੱਗ ਮਤਲਬ ਬੰਨੀ ਗਈ ਅਤੇ ਉਹ ਜਿਹੜਾ ਮਹਾਂਪੁਰਸ਼ਾਂ ਦਾ ਜਥਾ ਹੈ ਠੀਕਰੀਵਾਲ ਵਾਲਿਆਂ ਦਾ ਉਹਨਾਂ ਦਾ ਰਾਊਂਡ ਲਾ ਰਿਹਾ ਸੀ ਕਿ ਅਸੀਂ ਅਤਿ ਜ਼ਰੂਰੀ ਕੰਮ ਆਏ ਹੋਏ ਸੀ ਵੀਰ ਜੀ ਅਤੇ ਉਹਨਾਂ ਦੀ ਨਜ਼ਰ ਮੇਰੇ 'ਤੇ ਪਈ ਅਤੇ ਉਹਨਾਂ ਨੇ ਮੈਨੂੰ ਝਿੜਕਿਆ ਨਾਲ ਇੱਕ ਦੋ ਥੱਪੜ ਵੀ ਲਗਾਇਆ ਵੀ ਇਹ ਤੇਰੀ ਗਲਤੀ ਹੈ ਤੂੰ ਜਿਹੜੀ ਪੱਗ ਦਸਤਾਰ ਹੈ ਇਹ ਦਸਤਾਰ ਇੱਦਾਂ ਤੂੰ ਨਹੀਂ ਸਜਾ ਸਕਦਾ ਜਿਸ ਜਦੋਂ ਤੱਕ ਤੂੰ ਸਾਬਤ ਸੂਰਤ ਨਹੀਂ ਹੁੰਦਾ ਤੂੰ ਇਹ ਦਸਤਾਰ ਨਹੀਂ ਸਜਾ ਸਕਦਾ ਨਾ ਤੈਨੂੰ ਕੋਈ ਅਧਿਕਾਰ ਹੈ ਅਤੇ ਮੈਂ ਕਿਹਾ ਵੀ ਚਲੋ 7 ਵਜਨ ਹੈ ਅਤੇ ਮੈਂ ਉਹਨਾਂ ਦੀ ਗੱਲ ਉਸੇ ਟਾਈਮ ਮੰਨੀ ਅਤੇ ਮੈਂ ਦਸਤਾਰ ਉਤਾਰ ਲਈ ਅਤੇ ਸਿਰ ਤੇ ਰੁਮਾਲ ਬੰਨ ਲਿਆ। ਨਹੀਂ ਸਰ ਪਹਿਲਾਂ ਕੋਈ ਗਲਤੀ ਨਹੀਂ ਹੋਈ ਮੇਰੇ ਕੋਲ। ਹਾਂਜੀ ਮੈਨੂੰ ਅਹਿਸਾਸ ਹੈ ਮੈਂ ਸਾਰੇ ਦੇਸ਼ ਵਾਸੀਆਂ ਕੋਲ ਹੱਥ ਜੋੜ ਕੇ ਜਿੰਨੇ ਫੋਰਨ ਵਾਸਤੇ ਪੰਜਾਬੀ ਸਾਰਿਆਂ ਕੋਲ ਹੱਥ ਜੋੜ ਕੇ ਮਤਲਬ ਮਾਫ਼ੀ ਮੰਗਦਾ ਕਿ ਮੈਨੂੰ ਮਾਫ਼ ਕੀਤਾ ਜਾਵੇ। ਮੈਂ ਸਾਰਿਆਂ ਦਾ ਆਪ ਜੀ ਦਾ ਬੱਚਾ ਵਾਂ ਅਤੇ ਅੱਗੇ ਤੋਂ ਮੈਂ ਇਹੀ ਕੋਸ਼ਿਸ਼ ਹੈ ਕਿ ਇਹੋ ਜਿਹੀ ਗਲਤੀ ਨਹੀਂ ਕਰਾਂਗਾ ਅਤੇ ਜਿਹੜੀ ਵੱਡੀ ਦਸਤਾਰ ਆਪਾਂ ਜਿੰਨਾ ਚਿਰ ਦਾੜਾ ਕੇਸ ਨਹੀਂ ਰੱਖਦੇ ਉਨਾ ਚਿਰ ਨਹੀਂ ਆਪਾਂ ਬੰਨ ਸਕਦੇ ਅਤੇ ਜੇ ਬੰਨਾਂਗੇ ਤਾਂ ਆਪਾਂ ਛੋਟੀ ਪੱਗ ਬੰਨਾਂਗੇ ਜਿਸ ਤਰ੍ਹਾਂ ਅੱਜ ਕੱਲ੍ਹ ਨਿਊ ਜਨਰੇਸ਼ਨ ਬੰਨਦੀ ਹੋਈ ਹੈ।